हे गाइस, अस्सलाम वालेकुम, सत श्री अकाल आदाब एंड वेलकम बैक टू माय चैनल। दिस इज अलीजा एंड दिस इज मिसबा। सो गाइस, वेलकम करते हैं तुहानू अपने चैनल ते। बहुत बहुत शुक्रिया सानू इन्ना ज्यादा प्यार देने लिए, इन्ना ज्यादा सपोर्ट करने लिए। ते अज असीं जिस गाने ते रिएक्शन देने जा रहे हैं, वह बब्बू मान जी का सोंग है। तो सोंग का नेम है लांगा। तो आप देखते हैं कि साड़ा की रिएक्शन होंगे। तो वीडियो स्टार्ट करने तो पहले साड़ी रिक्वेस्ट है, प्लीज साडे चैनल ज्यादा से ज्यादा सब्सक्राइब करो। सब कंट्रीज के खा रहे हैं, पाकिस्तान खा रहे हैं। बिल्कुल बहुत सोहना गाया, बहुत कमाल का गाना बनाया। बहुत ही खूबसूरत गाना, बहुत ज्यादा। वाकई काश इंज हो जाए।
ਇਸ ਗਾਣਾ ਬਹੁਤ ਜ਼ਿਆਦਾ ਵਧੀਆ, ਬਹੁਤ ਜ਼ਿਆਦਾ ਕਮਾਲ ਦਾ, ਲਿਰਿਕਸ ਵੀ ਬਹੁਤ ਜ਼ਿਆਦਾ ਅੱਛੇ ਨੇ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੋਣਾ ਕਿ ਬੱਬੂ ਮਾਨ ਜੀ ਜਿਹੜੇ ਨੇ ਆਪਣੇ ਜ਼ਿਆਦਾਤਰ ਗਾਣੇ ਖੁਦ ਲਿਖਦੇ ਨੇ, ਅਤੇ ਉਹਨਾਂ ਵੱਲੋਂ ਬਹੁਤ ਅੱਛਾ ਪੋਜ਼ਿਟਿਵ ਮੈਸੇਜ ਸੀ ਗਾਣੇ ਵਿੱਚ। ਜੇ ਤੁਸੀਂ ਸਮਝਿਆ ਹੋਇਆ ਉਹਨਾਂ ਨੂੰ, ਗੌਰ ਕੇ ਸੁਣਿਆ ਹੋਇਆ ਉਹਨਾਂ ਦੀ ਗੱਲ ਨੂੰ, ਤਾਂ ਬਹੁਤ ਜ਼ਿਆਦਾ ਅੱਛਾ ਮੈਸੇਜ ਸੀ ਸਭ ਲਈ। ਸਾਨੂੰ ਕਾਫੀ ਜ਼ਿਆਦਾ ਰਿਕੁਐਸਟ ਆ ਰਹੀ ਸੀ ਕਿ ਅਸੀਂ ਬੱਬੂ ਮਾਨ ਜੀ ਦੇ ਸੌਂਗ 'ਤੇ ਰਿਐਕਟ ਕਰੀਏ, ਅਤੇ ਅਸੀਂ ਫਾਈਨਲੀ ਸੋਚਿਆ ਕਿ ਉਹਨਾਂ ਦੇ ਸੌਂਗ 'ਤੇ ਰਿਐਕਟ ਕਰਨੇ ਆ, ਕਿਉਂਕਿ ਬੱਬੂ ਮਾਨ ਜੀ ਦੇ ਗਾਣੇ ਜਿਹੜੇ ਹੁੰਦੇ ਆ ਬਹੁਤ ਹੀ ਖੂਬਸੂਰਤ ਹੁੰਦੇ ਹਨ। ਜਿਸ ਤਰ੍ਹਾਂ ਕਿ ਇਹ ਗਾਣੇ ਵਿੱਚ ਵੀ ਉਹਨਾਂ ਨੇ ਬਹੁਤ ਖੂਬਸੂਰਤ ਗੱਲਾਂ ਕੀਤੀਆਂ ਨੇ, ਅਤੇ ਤਮਾਮ ਮੁਲਕ ਨੂੰ ਅਤੇ ਮਜ਼ਹਬ ਨੂੰ ਜੁੜ ਕੇ ਰਹਿਣ ਦੀ ਨਸੀਹਤ ਕੀਤੀ ਹੈ ਕਿ ਤਮਾਮ ਲੋਕ ਆਪਸ 'ਚ ਮਿਲ ਜੁਲ ਕੇ ਰਹਿਣ, ਜੋ ਕਿ ਇੱਕ ਬਹੁਤ ਹੀ ਵਧੀਆ ਗੱਲ ਹੈ, ਚੰਗੀ ਗੱਲ ਹੈ। ਅਤੇ ਦੂਜਾ ਹੈ ਕਿ ਉਹ ਇਹਨਾਂ ਨੇ ਉਹ ਕਹਿਣਾ ਚਾਹ ਰਹੇ ਕਿ ਇੱਕ ਲਾਂਘਾ ਤਾਂ ਖੁੱਲ੍ਹ ਗਿਆ, ਉਹਨਾਂ ਦਾ ਇਹ ਕਹਿਣ ਦਾ ਮਤਲਬ ਹੈ ਕਿ ਕਰਤਾਰਪੁਰ 'ਤੇ ਖੁੱਲ੍ਹ ਗਿਆ ਹੈ ਕਿ ਪੰਜਾਬੀ ਜਿਹੜੇ ਨੇ ਉਹ ਇੱਥੇ ਆ ਪਾਕਿਸਤਾਨ ਆ ਸਕਦੇ ਨੇ, ਆਪਣੇ ਗੁਰੂਆਂ ਦੇ ਦਰਸ਼ਨ ਕਰ ਸਕਦੇ ਨੇ, ਜੋ ਕਿ ਬਹੁਤ ਹੀ ਚੰਗੀ ਗੱਲ ਹੈ ਪਾਕਿਸਤਾਨ ਵੱਲੋਂ, ਸਿੱਖਾਂ ਵਾਸਤੇ ਬਹੁਤ ਚੰਗੀ ਗੱਲ ਹੈ। ਅਤੇ ਆਈ ਹੋਪ ਕਿ ਇਸ ਤਰ੍ਹਾਂ ਨਾ ਤਮਾਮ ਜਿੱਥੇ ਜਿੱਥੇ ਵੀ ਗੁਰਦੁਆਰੇ ਨੇ ਉਹ ਖੁੱਲ੍ਹ ਜਾਣੇ ਚਾਹੀਦੇ ਨੇ ਸਿੱਖਾਂ ਵਾਸਤੇ, ਤਾਂ ਕਿ ਉਹ ਉੱਥੇ ਜਾ ਕੇ ਨਾ ਆਪਣੇ ਜਿਹੜੇ ਗੁਰੂ ਨੇ ਉਹਨਾਂ ਦੇ ਦਰਸ਼ਨ ਕਰ ਸਕਣ, ਉਹਨਾਂ ਨੂੰ ਵੀ ਖੁਸ਼ੀ ਹੋਏ, ਅਤੇ ਜਿੱਥੇ ਔਰ ਤਾਂ ਕਿ ਉਹਨਾਂ ਨੂੰ ਇਸ ਚੀਜ਼ ਦੀ ਖੁਸ਼ੀ ਹੋਈ ਕਿ ਅਸੀਂ ਫਾਈਨਲੀ ਆਪਣੇ ਤਮਾਮ ਗੁਰੂਆਂ ਦੇ ਦਰਸ਼ਨ ਕਰ ਸਕਦੇ ਹਾਂ। ਇਹ ਉਹਨਾਂ ਦਾ ਹੱਕ ਹੈ, ਕਿਉਂਕਿ ਗੁਰੂ ਜਿਹੜੇ ਹੁੰਦੇ ਨੇ ਨਾ ਸਭ ਵਾਸਤੇ ਹੀ ਬਹੁਤ ਇੱਕ ਅਹਿਮ ਸ਼ਖਸੀਅਤ ਹੁੰਦੇ ਨੇ, ਅਤੇ ਆਈ ਹੋਪ ਕਿ ਉਹਨਾਂ ਦਾ ਮੈਸੇਜ ਸਭ ਨੂੰ ਬਹੁਤ ਹੀ ਚੰਗਾ ਲੱਗਾ ਹੋਏਗਾ, ਅਤੇ ਸਾਡਾ ਰਿਐਕਟ ਵੀ ਤੁਹਾਨੂੰ ਚੰਗਾ ਲੱਗਾ ਹੋਏਗਾ। ਅਤੇ ਪਲੀਜ਼ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਕਮੈਂਟ ਕਰਕੇ ਦੱਸੋ ਅਸੀਂ ਨੈਕਸਟ ਕਿਹੜੀ ਵੀਡੀਓ 'ਤੇ ਰਿਐਕਸ਼ਨ ਕਰੀਏ, ਅਤੇ ਸਾਡੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ, ਸ਼ੇਅਰ, ਕਮੈਂਟ ਐਂਡ ਸਬਸਕ੍ਰਾਈਬ ਕਰੋ। ਥੈਂਕ ਯੂ ਸੋ ਮਚ ਫੋਰ ਵਾਚਿੰਗ। ਅੱਲਾ ਹਾਫਿਜ਼।